ਤਾਂ ਦੱਸ ਦੇ ਕਿ ਵੱਡੀ ਖਬਰ ਆਈ ਹੈ ਜਿੱਥੇ ਇੱਕ ਟਰੱਕ ਨੇ ਦੋ ਬੱਚਿਆਂ ਨੂੰ ਟੱਕਰ ਮਾਰੀ ਹੈ ਜਿਸ ਦੇ ਕਾਰਨ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਬੱਚਾ ਅਤੇ ਉਸ ਦੀ ਮਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸੜਕ ਤੇ ਕਾਫੀ ਮਾਹੌਲ ਭੱਖ ਜਾਂਦਾ ਹੈ ਤੇ ਕਾਫੀ ਲੰਬਾ ਜਾਮ ਲੱਗ ਜਾਂਦਾ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਵੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਟਰੱਕ ਚਾਲਕ ਵੱਲੋਂ ਦੋ ਬੱਚਿਆਂ ਸਮੇਤ ਉਹਨਾਂ ਦੀ ਮਾਂ ਨੂੰ ਵੀ ਟੱਕਰ ਮਾਰੀ ਗਈ ਹੈ ਜਿਸ ਕਾਰਨ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰਾ ਬੱਚਾ ਅਤੇ ਉਸਦੀ ਮਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਕਰੀਬ 2 ਘੰਟੇ ਬਾਅਦ ਐਂਬੂਲੈਂਸ ਮੌਕੇ ਤੇ ਪਹੁੰਚਦੀ ਹੈ। ਇਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਤੇ ਉਹਨਾਂ ਨੇ ਕਿਹਾ ਗਿਆ ਕਿ ਕਾਫੀ ਲੰਬਾ ਜਾਮ ਲੱਗ ਗਿਆ ਸੀ ਹਾਦਸੇ ਤੋਂ ਬਾਅਦ ਜਿਸ ਕਾਰਨ ਇਸ ਨੂੰ ਖੁਲਵਾਉਣ ਦੇ ਲਈ ਕਾਫੀ ਸਮਾਂ ਲੱਗਿਆ। ਜਦ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਟਰੱਕ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਸੜਕ ਵਿਚਾਲੇ ਜਿੱਥੇ ਇੱਕ ਦੋ ਬੱਚਿਆਂ ਸਮੇਤ ਉਹਨਾਂ ਦੀ ਮਾਂ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਬੱਚਾ ਅਤੇ ਉਸਦੀ ਮਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਹੈ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ? ਭਾਈ ਸੰਦੀਪ ਸਿੰਘ ਜੀ। ਕੀ ਕਹਿਣਾ ਚਾਹੁੰਦੇ ਤੁਸੀਂ? ਭਾਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਜੀ, ਗਰਿੱਲਾਂ ਲੱਗੀਆਂ ਆ, ਹਰੇ ਕੋਈ ਛੁੱਟੀ ਦੇ ਟਾਈਮ 'ਤੇ ਤੁਸੀਂ ਆਓ ਇੱਥੋਂ, ਸਾਰੇ ਲੋਕ ਇੱਥੋਂ ਪਾਰ ਕਰਨਗੇ। ਕਿਸੇ ਕੋਲ ਸਾਈਕਲ ਵੀ ਹੈ, ਉਹ ਵੀ ਇੱਥੋਂ ਕਰੋਸ ਕਰਦਾ ਹੈ, ਕੋਈ ਰੋਡ ਦਾ ਅਸੂਲ ਨਹੀਂ ਆ। ਫਲੋਪੀਆਂ ਵਾਲੇ ਇਸ ਵੇਲੇ ਭੱਜ ਚੁੱਕੇ ਆ। ਇੱਥੇ ਤੁਸੀਂ ਬੱਚਿਆਂ ਦਾ ਐਕਸੀਡੈਂਟ ਹੋਇਆ ਮੈਂ ਦੇਖਿਆ ਤਾਂ ਹੈ ਨਹੀਂ, ਪਰ ਫਿਰ ਵੀ ਸਾਡੇ ਮਨ 'ਚ ਇੱਕ ਸਵਾਲ ਆ ਕਿ ਜੇ ਬੱਚਾ ਰੋਡ ਦੇ ਉੱਤੇ ਸੀਗਾ ਕਿ ਰੋਡ ਦੇ ਉੱਤੇ ਬੱਚਾ ਲੈਣ ਗਈ ਆ, ਜੇ ਰੋਡ ਪਾਰ ਕਰਨ ਦੀ ਇੱਛਾ ਸੀ ਉਹਦੀ ਤੇ ਰੋਡ ਦੇ ਉੱਤੇ ਵੀ ਐਕਸੀਡੈਂਟ ਹੋ ਸਕਦਾ, ਜੇ ਸਾਈਡ ਤੇ ਹੋਇਆ ਤਾਂ ਰੋਡ ਦੇ ਵਿੱਚ ਵੀ ਹੋ ਸਕਦਾ। ਗਲਤੀ ਗੱਡੀ ਵਾਲੇ ਦੀ ਨਹੀਂ ਹੋਊਗੀ ਭਾਜੀ, ਅਗਲਾ ਐਡੀ ਗੱਡੀ ਲੈ ਕੇ ਕਿੰਨੀਆਂ ਸਟੇਟਾਂ ਘੁੰਮ ਗਿਆ ਆ, ਠੀਕ ਹੈ ਜੀ, ਉਹਦਾ ਇੱਥੇ ਆ ਕੇ ਇਹ ਕੰਮ ਹੋ ਜਾਂਦਾ ਤੇ ਗੱਡੀ ਵਾਲੇ ਦੇ ਉੱਤੇ ਐਕਸ਼ਨ ਨਹੀਂ ਹੋਣਾ ਚਾਹੀਦਾ, ਇਹ ਉਸ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ। ਤੁਹਾਡੇ ਬੱਚੇ ਰੋਡ ਤੇ ਕੀ ਕਰਨਗੇ ਸੀ ਭਾਜੀ? ਲੇਡੀਜ਼ ਵੀ ਨਾਲ ਸੀ ਭਾਜੀ, ਅਸੂਲਨ ਹਾਈਵੇ ਦੇ ਉੱਤੇ ਅਸੀਂ ਰੋਡ ਨਹੀਂ ਕ੍ਰੋਸ ਕਰ ਸਕਦੇ ਅਸੀਂ ਜਿੰਨਾ ਚਿਰ ਇਹਨਾਂ ਚੀਜ਼ਾਂ ਭਾਜੀ ਜਿੱਦਾਂ ਭਾਜੀ ਇੱਕ ਮਿੰਟ ਤੁਸੀਂ ਕਹਿੰਦੇ ਹੋ ਗਰਿੱਲ ਦੇ ਉੱਤੇ, ਗਰਿੱਲ ਦੇ ਇੱਧਰਲੇ ਪਾਸੇ ਬੱਚੇ ਆਏ ਆ ਤੇ ਫਿਰ ਭਾਜੀ ਕੁਛ ਲੈਣ ਤਾਂ ਆਏ ਨਹੀਂ, ਲੈਣ ਤਾਂ ਨਹੀਂ ਆਏ ਨਾ ਭਾਜੀ, ਅਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਉਹ ਬੰਦਾ ਇੱਥੇ ਤੱਕ ਆ ਗਿਆ ਕਿ ਉਹ ਰੋਡ ਕਰਨ ਪਾਸ ਕਰਨ ਦੀ ਸ਼ਮਤਾ ਨਹੀਂ ਸੀ। ਕਿੰਨੇ ਦਿਨ ਹੋ ਗਏ ਤੁਹਾਨੂੰ ਫੋਨ ਕੀਤੇ ਨੂੰ? ਹਜੇ ਤੱਕ ਕੋਈ ਭਾਈ 2 ਘੰਟੇ ਗਏ, ਡੇਢ ਘੰਟੇ। ਪਹਿਲੀ ਨੰਬਰ ਤੇ 60 ਦੀ ਸਪੀਡ ਦਿੱਤੀ ਹੋਈ ਹੈ ਸਾਨੂੰ ਭਾਈ ਜੀ। ਮੈਨੂੰ ਇੱਕ ਗੱਲ ਦੱਸੋ, ਤੁਹਾਡਾ ਰੂਲ ਰੈਗੂਲੇਸ਼ਨ ਹੈ ਟਾਈਮ? ਮੈਂ ਉਹੀ ਦੱਸਣਾ, ਇੱਕ ਜਣਾ ਪੁੱਛੂਗਾ ਰੂਲ ਐਂਡ ਰੈਗੂਲੇਸ਼ਨ ਕੀ ਹੈ? ਇੱਕ ਜਣਾ ਪੁੱਛ ਲਓ ਰੂਲ ਐਂਡ ਰੈਗੂਲੇਸ਼ਨ। 60 ਦੀ ਸਪੀਡ ਹੈ ਸਾਡੀ ਪਹਿਲੇ ਨੰਬਰ ਤੇ, ਦੂਜੀ ਡੁਗਰੀ ਵਾਲੀ ਸਾਈਡ ਤੋਂ ਆ ਰਹੇ ਹਾਂ, ਰਸਤੇ 'ਚ ਟ੍ਰੈਫਿਕ ਵੀ ਸੀ, ਬੇਸ਼ੱਕ ਤੁਸੀਂ ਚੈੱਕ ਕਰ ਸਕਦੇ ਹੋ, ਉੱਪਰ ਗੱਲ ਕਰ ਸਕਦੇ। ਕਿੰਨੇ ਵਜੇ ਨਿਕਲੇ ਸੀ ਡੁਗਰੀ ਤੋਂ ਸਰ? ਕਿੰਨੇ ਵਜੇ ਕੇਸ ਪਿਆ ਜੀ? 5:14 ਦੇ। 5:14 ਇਨਫੋਰਮੇਸ਼ਨ ਕਿੰਨੇ ਵਜੇ ਆਉਂਦੀ ਆ? ਇਨਫੋਰਮੇਸ਼ਨ ਨਾਲ ਹੀ ਅਸੀਂ ਨਾਲ ਹੀ ਗੱਡੀ ਮੂਵ ਕਰ ਲਈ ਹੈ ਜੀ। ਭਾਈ ਤੁਹਾਨੂੰ ਸਮਝ ਸਕਦੇ, ਲੇਕਿਨ ਲੋਕੀ ਤਾਂ ਕਹਿੰਦੇ 2 ਘੰਟੇ ਹੋ ਗਏ ਤੱਕ, ਕੋਈ ਵੀ ਨਹੀਂ ਆਇਆ, 2 ਘੰਟੇ ਫੋਨ ਕੀਤਾ ਗਿਆ, ਫੋਨ ਰਿਕਾਰਡਿੰਗ ਹੋ ਰਹੇ ਆ, ਜਿਹੜੇ ਸਾਡੇ ਕੋਲ ਵੀ ਰਿਕਾਰਡਿੰਗ ਹੈਗੀ ਪਹਿਲਾਂ ਕੈਂਸਲ ਹੋ ਗਈ ਹੈ। ਨਹੀਂ ਬਾਈ ਜੀ, ਇੱਕ ਛੋਟੀ ਜਿਹੀ ਗੱਲ ਹੈ, ਹਾਦਸਾ ਨਾ ਵੱਡਾ ਹੋ ਗਿਆ, ਐਂਬੂਲੈਂਸ ਦੀ ਸਰਵਿਸ ਘੱਟੋ ਘੱਟ 2.5 ਘੰਟੇ ਬਾਅਦ। ਮੇਰੀ ਗੱਲ ਸੁਣੋ, ਇਹ ਵੀ ਤੇ ਆਖਰ ਸੜਕ ਤੇ ਚੱਲ ਕੇ ਆਉਣੀ, ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ। ਉਸ ਸਪੀਡ ਮੈਂ ਤੁਹਾਨੂੰ ਦੱਸ ਰਿਹਾ ਕਿ 60 ਦੀ ਸਪੀਡ ਸਾਨੂੰ ਲਿਮਿਟ ਦਿੱਤੀ ਹੋਈ ਆ, 60 ਦੀ। ਠੀਕ ਹੈ, ਨਹੀਂ 2 ਘੰਟੇ ਥੋੜੀ ਲੱਗਣਗੇ, ਚਲੋ ਤੁਹਾਡਾ 108 ਦੇ ਤੁਹਾਨੂੰ ਕਾਲ ਕਰਕੇ ਮਤਲਬ ਸੁਣਾ ਦਿੰਦੇ ਹਾਂ ਵੀ ਸਾਨੂੰ 60 ਤੋਂ ਉੱਪਰ ਨਹੀਂ ਪਰਮਿਸ਼ਨ ਹੈਗੀ ਜੀ ਚਲਾਉਣ। अब हम क्या हम करें सर, अभी तो जैसे कि घर से निकली है, हमारे पास गई थी जैसे वो अपना राशन कार्ड का जैसे वो सिलेंडर वाला जैसे फार्म भरा रहा था, तो वहाँ पर जैसे कह रहे फार्म भरा करके जैसे कि आज
हम उसको बोल के आए कि आज मत जाना कल जाना, वो कुछ काम पड़ गए यहाँ जैसे कि चले आ रहे थे कि चले जाएंगे, नज़दीक में ही रहते हैं। दोनों बच्चे कितनी उम्र थी बच्चों की? एक 6 साल की है तो एक 4 साल की है। साथ कौन था उनके? साथ में मम्मी है उसकी। वो कैसे हैं आप? अब मम्मी अब उसका भी पता नहीं जी, मम्मी का भी और बच्चा एक दूसरा भी खत्म हो गया। तो मम्मी तो आपके क्या लगते थे? वो हमारी लड़की है। आपकी लड़की है? हाँ, वो नाती नातिन हो गई। तो क्या नाम था बच्चों का? रिया कुमारी नाम है नातिन का। हाँ, तो कहाँ के रहने वाले हैं? बिहार से हैं। बिहार से? यहाँ कहाँ के रहने वाले? गया जिला। यहाँ कहाँ रहने वाले हैं? यहाँ आप किसान कोल्ड स्टोर में अपना अर्जुन नगर वहीं पर रहते हैं। तो ये कहाँ पे एक्सीडेंट हुआ है? यहीं पर एक्सीडेंट हुआ सामने। ये कौन सी जगह पड़ती है? जसिया रोड जी। सानू खबर आई सी कि दो बच्चे ट्रक थले आ गए ने, ते असी इदे ही लई असी जांच पड़ताल लई असी मौके ते पहुंचे हैं। असी अपने कर रहे हैं, अभी अपनी इन्वेस्टिगेशन शुरू करती है, ते आपां हुण थोड़े तो बेनती हैगी कि आपां इदे इन्वेस्टिगेशन नूं पूरी करन दो जी सानू, ते अपना इथे ट्रैफिक ना जाम होवे उहदे ना होवे, इहदे लई पुलिस ते जिहड़े हेल्थ अथॉरिटीज ने अपना वो काम कर रहे। सर किन्ने बच्चे सी? दो बच्चे सीगे जी। हाँ जी, ते हले उहनां दा सिविल हॉस्पिटल लैके चले गए ने उहनां नूं, ते उत्थे फिर सानूं जिहड़ी ड्राइवर गिरफ्तार कर ले। हाँ जी हाँ जी हाँ जी, साडी टीम लगी हुई है जी ते गिरफ्तार। हाँ जी हाँ जी, सानूं कंट्रोल रूम तो ਸਰ ਹੁਣ ਬੱਚਿਆਂ ਨੂੰ ਪੋਸਟਮਾਰਟਮ ਉੱਥੇ ਭੇਜ ਦਿੱਤਾ ਸਿਵਲ ਹਸਪਤਾਲ? ਹਾਂਜੀ ਬੱਚਿਆਂ ਨੂੰ ਸਿਵਲ ਹਸਪਤਾਲ ਹਲੇ ਜੀ ਹੁਣੇ ਹੀ ਸਾਨੂੰ ਕਰਨ ਦਿਓ ਤੁਸੀਂ ਪਲੀਜ਼। ਟ੍ਰੈਫਿਕ ਦਾ ਸਾਡੀ ਬੇਨਤੀ ਹੈ ਕਿ ਟ੍ਰੈਫਿਕ ਨਾ ਰੁਕੇ, ਅਸੀਂ ਕਰ ਰਹੇ ਨੇ ਆਪਣੀ ਜਾਂਚ, ਮੈਂ ਆਪ ਹੈਗਾ ਇੱਥੇ ਸੀਨ 'ਤੇ ਇਨਸ਼ੋਰ ਕਰਦੇ ਹਾਂ ਕਿ ਪੂਰਾ ਫੇਅਰ ਇਨਵੈਸਟੀਗੇਸ਼ਨ ਹੋ ਜੀ। ਉਹ ਦੇਖੋ ਜੀ ਹਲੇ ਸਾਨੂੰ ਆਪਣਾ ਕੰਮ ਕਰਨ ਦਿਓ, ਠੀਕ ਹੈ ਜੀ? ਉਹ ਬਾਅਦ ਕਰ ਲਾਂਗੇ ਜੀ, ਲੇਟ ਲੀ ਕੇ ਹੋਏ ਬਾਅਦ 'ਚ ਕਰ ਲਾਂਗੇ, ਪਹਿਲਾਂ ਇਹ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ? ਹਾਂਜੀ ਮਦਰ ਕਿਸ ਤਰ੍ਹਾਂ ਸਰ ਜੀ? ਹਲੇ ਅਸੀਂ ਸਪੋਟ 'ਤੇ ਹੈਗੇ, ਸਾਨੂੰ ਇਸ 'ਤੇ ਜਾਂਚ ਪੜਤਾਲ 'ਤੇ ਕਰਨ ਦਿਓ ਜੀ, ਠੀਕ ਹੈ ਜੀ? ਹਾਂਜੀ।